ਕਿਉਂਕਿ ਡਾਕਟਰ ਅਮਰ ਸਿੰਘ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਉੱਥੇ, ਮੁਕਾਬਲਾ ਕਿਸ ਤਰੀਕੇ ਦੇ ਨਾਲ ਲੱਗਦਾ ਹੈ ਕਿਉਂਕਿ ਤੁਹਾਡੇ ਉਮੀਦਵਾਰ ਨੂੰ ਲੈ ਕੇ ਸਵਾਲ ਜਿਹੜੇ ਹੈ ਉਹ ਕਾਂਗਰਸ ਖੜੇ ਕਰ ਰਹੀ ਹੈ? ਸਾਡਾ ਮੁਕਾਬਲਾ ਕਾਂਗਰਸ ਨਾਲ ਅਸੀਂ ਮੰਨਦੇ ਹੀ ਨਹੀਂ। ਕੀ ਸਟ੍ਰੈਟਜੀ ਜਿਹੜੀ ਹੈ ਹੁਣ ਰਹੀ ਹੈ ਕਿ ਗੁਰਪ੍ਰੀਤ ਜੀਪੀ ਹੋਰਾਂ ਨੂੰ ਜਿਤਾਉਣਾ ਮੁੱਖ ਮੰਤਰੀ ਨੇ, ਗੁਰੂ ਮੰਤਰ ਕੀ ਦਿੱਤਾ? ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ ਨੇ, ਹਲਕਾ ਪਾਰਲੀਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਸਾਹਿਬਾਨ ਅਤੇ ਸਾਡੇ ਕੈਂਡੀਡੇਟ ਜੀਪੀ ਸਾਹਿਬ ਨਾਲ ਮੀਟਿੰਗ ਅੱਜ ਹੋਈ ਸੀ ਔਰ ਮਾਨ ਸਾਹਿਬ ਨੇ ਕਿਹਾ ਸਾਨੂੰ ਕਿ ਜੋ ਸਰਕਾਰ ਨੇ 2 ਸਾਲ 'ਚ ਕੰਮ ਕੀਤੇ ਆ ਔਰ ਸਾਡੇ MLA ਸਾਰਿਆਂ ਦਾ ਮੰਨਣਾ ਸੀ ਕਿ ਇੰਨੇ ਵਧੀਆ ਕੰਮ ਹੋਏ ਨੇ ਕਿ ਉਹ ਲੋਕਾਂ ਵਿੱਚ ਲੈ ਕੇ ਜਾਈਏ ਔਰ ਲੋਕਾਂ ਨੂੰ ਕਹੀਏ ਕਿ ਸਾਨੂੰ ਕੰਮ ਦੇ ਆਧਾਰ 'ਤੇ ਵੋਟ ਪਾਓ। ਇਹ ਪਹਿਲੀ ਸਰਕਾਰ ਆ ਜਿਹੜੀ 2 ਸਾਲ 'ਚ ਆਪਣੇ ਕੰਮ ਦੇ ਆਧਾਰ 'ਤੇ ਵੋਟ ਮੰਗ ਰਹੀ ਆ। ਕਿਉਂਕਿ ਡਾਕਟਰ ਅਮਰ ਸਿੰਘ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਉੱਥੇ, ਮੁਕਾਬਲਾ ਕਿਸ ਤਰੀਕੇ ਦੇ ਨਾਲ ਲੱਗਦਾ ਹੈ ਕਿਉਂਕਿ ਤੁਹਾਡੇ ਉਮੀਦਵਾਰ ਨੂੰ ਲੈ ਕੇ ਸਵਾਲ ਜਿਹੜੇ ਹੈ ਉਹ ਕਾਂਗਰਸ ਖੜੇ ਕਰ ਰਹੀ ਹੈ? ਕਾਂਗਰਸ ਨੇ ਖੜੇ ਕਰਨੇ ਹੀ, ਕਾਂਗਰਸ ਖਤਮ ਹੋ ਗਈ ਗਰਾਊਂਡ ਲੈਵਲ 'ਤੇ, ਕਾਂਗਰਸ ਸਹੀ ਨਹੀਂ ਕਿਤੇ। ਸਾਡਾ ਮੁਕਾਬਲਾ ਕਾਂਗਰਸ ਨਾਲ ਅਸੀਂ ਮੰਨਦੇ ਹੀ ਨਹੀਂ। ਆਮ ਆਦਮੀ ਪਾਰਟੀ ਦਾ ਲੋਕਾਂ 'ਚ ਇੰਨਾ ਆਧਾਰ ਹੈ, ਇੰਨਾ ਪਿਆਰ ਮਿਲ ਰਿਹਾ ਹਰ ਇੱਕ ਪਿੰਡ 'ਚ, ਹਰ ਇੱਕ ਸ਼ਹਿਰ ਦੇ ਵਿੱਚ, ਅਤੇ ਜਿਹੜੇ ਦੂਜੇ ਕੈਂਡੀਡੇਟਾਂ ਤੋਂ ਕਿਤੇ ਖੜਦੇ ਹੀ ਨਹੀਂ। ਮੁੱਖ ਮੰਤਰੀ ਵੀ ਕਹਿੰਦੇ ਰੋਡ ਸ਼ੋਅ ਆਉਣ ਵਾਲੇ ਦਿਨਾਂ 'ਚ ਕਰਨਗੇ, 3-4 ਦਿਨ ਰੋਡ ਸ਼ੋਅ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਕੱਢਿਆ ਜਾਏਗਾ, ਉਹਨਾਂ ਨੇ ਕਿਹਾ ਦੱਸੋ ਕਿੱਥੇ ਕਿਵੇਂ ਕਿੱਦਾਂ ਪਲਾਨ ਬਣਾਓ? ਦੇਖੋ ਉਹ ਸਾਰੇ ਪੁੱਛਿਆ, ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਵਾਇਆ ਕਿਉਂਕਿ ਸਾਡੇ ਸਾਰੇ MLA ਸਾਹਿਬਾਨ ਦੀ ਮੰਗ ਸੀ ਕਿ ਮਾਨ ਸਾਹਿਬ ਰੋਡ ਸ਼ੋਅ 'ਚ ਵੀ ਹੋਣੇ ਚਾਹੀਦੇ ਆ, ਰੈਲੀਆਂ ਵੀ ਕਰਨੀਆਂ ਚਾਹੀਦੀਆਂ, ਅਤੇ ਉਹਨਾਂ ਨੇ ਕਿਹਾ ਕਿ ਬੇਫਿਕਰ ਹੋ, ਤੁਹਾਨੂੰ 2-2, 3-3 ਦਿਨ ਦੇਵਾਂਗੇ, ਪੂਰਾ ਪੰਜਾਬ ਲਈ ਸਮਰਪਿਤ ਨੇ ਉਹ, ਡੈਡੀਕੇਟ ਸਾਡੇ ਲੀਡਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਰੋਡ ਸ਼ੋਅ ਰੈਲੀਆਂ ਲੋਕਾਂ ਨੂੰ ਕਰਕੇ ਮੋਬਲਾਈਜ਼ ਕਰਾਂਗੇ, ਲੋਕਾਂ ਨਾਲ ਸਾਡਾ ਜਿਹੜਾ ਰਾਬਤਾ ਜ਼ਰਾ ਬਣੂਗਾ, ਜਦੋਂ ਆਉਂਦੇ ਆ ਐਨਰਜੀ MLA 'ਚ ਤਾਂ ਆਉਂਦੀ ਆ, ਲੋਕਾਂ 'ਚ ਵੀ ਆਉਂਦੀ ਆ। ਕਿਉਂਕਿ ਡਾਕਟਰ ਅਮਰ ਸਿੰਘ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਉੱਥੇ, ਮੁਕਾਬਲਾ ਕਿਸ ਤਰੀਕੇ ਦੇ ਨਾਲ ਲੱਗਦਾ ਹੈ ਕਿਉਂਕਿ ਤੁਹਾਡੇ ਉਮੀਦਵਾਰ ਨੂੰ ਲੈ ਕੇ ਸਵਾਲ ਜਿਹੜੇ ਹੈ ਉਹ ਕਾਂਗਰਸ ਖੜੇ ਕਰ ਰਹੀ ਹੈ? ਸਾਡਾ ਮੁਕਾਬਲਾ ਕਾਂਗਰਸ ਨਾਲ ਅਸੀਂ ਮੰਨਦੇ ਹੀ ਨਹੀਂ। ਕੀ ਸਟ੍ਰੈਟਜੀ ਜਿਹੜੀ ਹੈ ਹੁਣ ਰਹੀ ਹੈ ਕਿ ਗੁਰਪ੍ਰੀਤ ਜੀਪੀ ਹੋਰਾਂ ਨੂੰ ਜਿਤਾਉਣਾ ਮੁੱਖ ਮੰਤਰੀ ਨੇ, ਗੁਰੂ ਮੰਤਰ ਕੀ ਦਿੱਤਾ? ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਸਾਹਿਬ ਨੇ, ਹਲਕਾ ਪਾਰਲੀਮੈਂਟ ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਸਾਹਿਬਾਨ ਅਤੇ ਸਾਡੇ ਕੈਂਡੀਡੇਟ ਜੀਪੀ ਸਾਹਿਬ ਨਾਲ ਮੀਟਿੰਗ ਅੱਜ ਹੋਈ ਸੀ ਔਰ ਮਾਨ ਸਾਹਿਬ ਨੇ ਕਿਹਾ ਸਾਨੂੰ ਕਿ ਜੋ ਸਰਕਾਰ ਨੇ 2 ਸਾਲ 'ਚ ਕੰਮ ਕੀਤੇ ਆ ਔਰ ਸਾਡੇ MLA ਸਾਰਿਆਂ ਦਾ ਮੰਨਣਾ ਸੀ ਕਿ ਇੰਨੇ ਵਧੀਆ ਕੰਮ ਹੋਏ ਨੇ ਕਿ ਉਹ ਲੋਕਾਂ ਵਿੱਚ ਲੈ ਕੇ ਜਾਈਏ ਔਰ ਲੋਕਾਂ ਨੂੰ ਕਹੀਏ ਕਿ ਸਾਨੂੰ ਕੰਮ ਦੇ ਆਧਾਰ 'ਤੇ ਵੋਟ ਪਾਓ। ਇਹ ਪਹਿਲੀ ਸਰਕਾਰ ਆ ਜਿਹੜੀ 2 ਸਾਲ 'ਚ ਆਪਣੇ ਕੰਮ ਦੇ ਆਧਾਰ 'ਤੇ ਵੋਟ ਮੰਗ ਰਹੀ ਆ। ਕਿਉਂਕਿ ਡਾਕਟਰ ਅਮਰ ਸਿੰਘ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਨੇ ਉੱਥੇ, ਮੁਕਾਬਲਾ ਕਿਸ ਤਰੀਕੇ ਦੇ ਨਾਲ ਲੱਗਦਾ ਹੈ ਕਿਉਂਕਿ ਤੁਹਾਡੇ ਉਮੀਦਵਾਰ ਨੂੰ ਲੈ ਕੇ ਸਵਾਲ ਜਿਹੜੇ ਹੈ ਉਹ ਕਾਂਗਰਸ ਖੜੇ ਕਰ ਰਹੀ ਹੈ? ਕਾਂਗਰਸ ਨੇ ਖੜੇ ਕਰਨੇ ਹੀ, ਕਾਂਗਰਸ ਖਤਮ ਹੋ ਗਈ ਗਰਾਊਂਡ ਲੈਵਲ 'ਤੇ, ਕਾਂਗਰਸ ਸਹੀ ਨਹੀਂ ਕਿਤੇ। ਸਾਡਾ ਮੁਕਾਬਲਾ ਕਾਂਗਰਸ ਨਾਲ ਅਸੀਂ ਮੰਨਦੇ ਹੀ ਨਹੀਂ। ਆਮ ਆਦਮੀ ਪਾਰਟੀ ਦਾ ਲੋਕਾਂ 'ਚ ਇੰਨਾ ਆਧਾਰ ਹੈ, ਇੰਨਾ ਪਿਆਰ ਮਿਲ ਰਿਹਾ ਹਰ ਇੱਕ ਪਿੰਡ 'ਚ, ਹਰ ਇੱਕ ਸ਼ਹਿਰ ਦੇ ਵਿੱਚ, ਅਤੇ ਜਿਹੜੇ ਦੂਜੇ ਕੈਂਡੀਡੇਟਾਂ ਤੋਂ ਕਿਤੇ ਖੜਦੇ ਹੀ ਨਹੀਂ। ਮੁੱਖ ਮੰਤਰੀ ਵੀ ਕਹਿੰਦੇ ਰੋਡ ਸ਼ੋਅ ਆਉਣ ਵਾਲੇ ਦਿਨਾਂ 'ਚ ਕਰਨਗੇ, 3-4 ਦਿਨ ਰੋਡ ਸ਼ੋਅ ਜਿਹੜਾ ਮੁੱਖ ਮੰਤਰੀ ਦੇ ਵੱਲੋਂ ਕੱਢਿਆ ਜਾਏਗਾ, ਉਹਨਾਂ ਨੇ ਕਿਹਾ ਦੱਸੋ ਕਿੱਥੇ ਕਿਵੇਂ ਕਿੱਦਾਂ ਪਲਾਨ ਬਣਾਓ? ਦੇਖੋ ਉਹ ਸਾਰੇ ਪੁੱਛਿਆ, ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਵਾਇਆ ਕਿਉਂਕਿ ਸਾਡੇ ਸਾਰੇ MLA ਸਾਹਿਬਾਨ ਦੀ ਮੰਗ ਸੀ ਕਿ ਮਾਨ ਸਾਹਿਬ ਰੋਡ ਸ਼ੋਅ 'ਚ ਵੀ ਹੋਣੇ ਚਾਹੀਦੇ ਆ, ਰੈਲੀਆਂ ਵੀ ਕਰਨੀਆਂ ਚਾਹੀਦੀਆਂ, ਅਤੇ ਉਹਨਾਂ ਨੇ ਕਿਹਾ ਕਿ ਬੇਫਿਕਰ ਹੋ, ਤੁਹਾਨੂੰ 2-2, 3-3 ਦਿਨ ਦੇਵਾਂਗੇ, ਪੂਰਾ ਪੰਜਾਬ ਲਈ ਸਮਰਪਿਤ ਨੇ ਉਹ, ਡੈਡੀਕੇਟ ਸਾਡੇ ਲੀਡਰ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਅਸੀਂ ਰੋਡ ਸ਼ੋਅ ਰੈਲੀਆਂ ਲੋਕਾਂ ਨੂੰ ਕਰਕੇ ਮੋਬਲਾਈਜ਼ ਕਰਾਂਗੇ, ਲੋਕਾਂ ਨਾਲ ਸਾਡਾ ਜਿਹੜਾ ਰਾਬਤਾ ਜ਼ਰਾ ਬਣੂਗਾ, ਜਦੋਂ ਆਉਂਦੇ ਆ ਐਨਰਜੀ MLA 'ਚ ਤਾਂ ਆਉਂਦੀ ਆ, ਲੋਕਾਂ 'ਚ ਵੀ ਆਉਂਦੀ ਆ।